ਯੂਕਰੇਨ ਤੋਂ ਵਾਪਸ ਪਰਤੀ ਮੌੜ ਮੰਡੀ ਦੀ ਦ੍ਰਿਸ਼ਟੀ ਸ਼ਰਮਾ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਨੇ ਕੀਤਾ ਨਿੱਘਾ ਸਵਾਗਤ। ਰੂਸ ਅਤੇ ਯੂਰੇਨ ਦੇ ਯੁੱਧ ਕਾਰਨ ਉੱਥੇ ਭਾਰਤੀ ਵਿਦਿਆਰਥੀ ਵੱਡੀ ਗਿਣਤੀ ਵਿੱਚ ਫਸੇ ਹੋਏ ਹਨ। ਬੇਸ਼ੱਕ ਭਾਰਤ ਸਰਕਾਰ ਯੂਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਪਰੰਤੂ ਅਜੇ ਵੀ ਵੱਡੀ ਗਿਣਤੀ ਵਿੱਚ ਨੌਜਵਾਨ ਉੱਥੇ ਫਸੇ ਹੋਣ ਕਾਰਨ ਮਾਪਿਆਂ ਵਿੱਚ ਕਾਫੀ ਸਹਿਮ ਪਾਇਆ ਜਾ ਰਿਹਾ ਹੈ। ਅੱਜ ਮੌੜ ਮੰਡੀ ਦੀ ਦ੍ਰਿਸ਼ਟੀ ਸ਼ਰਮਾ, ਜੋ ਕਿ ਯੂਰੇਨ ਵਿੱਚ ਪੜ੍ਹਾਈ ਕਰਨ ਗਈ ਸੀ, ਉੱਥੇ ਫਸੀ ਹੋਈ ਸੀ, ਅੱਜ ਵਾਪਸ ਭਾਰਤ ਪਰਤ ਚੁੱਕੀ ਹੈ। ਦ੍ਰਿਸ਼ਟੀ ਦੇ ਘਰ ਪੁੱਜਣ 'ਤੇ ਉਸਦੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਨੇ ਨਿੱਘਾ ਸਵਾਗਤ ਕੀਤਾ। ਦ੍ਰਿਸ਼ਟੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਕਰੇਨ ਦੇ ਹਾਲਾਤਾਂ ਬਾਰੇ ਖੁੱਲ੍ਹ ਕੇ ਜਾਣਕਾਰੀ ਦਿੱਤੀ। ਗੁੱਡ ਈਵਨਿੰਗ ਸਰ, ਮੈਂ ਦ੍ਰਿਸ਼ਟੀ ਸ਼ਰਮਾ, ਮੈਂ ਉਜ਼ਗਰੋਨ ਨੈਸ਼ਨਲ ਯੂਨੀਵਰਸਿਟੀ ਮੈਂ ਪੜ੍ਹਤੀ ਹੂੰ ਔਰ ਮੈਂ ਅਭੀ ਅਭੀ ਰੀਸੈਂਟਲੀ ਘਰ ਆਈ ਹੂੰ। ਤੋ ਵਹਾਂ ਪੇ ਹਮਾਰੇ ਮਤਲਬ ਬਹੁਤ ਮੁਸ਼ਕਿਲ ਸੇ ਨਿਕਲ ਕੇ ਆਏ ਹਮ ਵਹਾਂ ਸੇ। ਬੱਚੇ ਕਾਫੀ, ਹਮ ਫਿਰ ਵੀ ਵੈਸਟਰਨ ਸਾਈਡ ਪੇ ਥੇ, ਇਤਨੀ ਦਿੱਕਤ ਨਹੀਂ ਥੀ, ਪਰ ਜੋ ਬੱਚੇ ਅਭੀ ਖਾ ਕੇ ਸੁਮੀ ਓਡੀਸਾ ਯੂਨੀਵਰਸਿਟੀਜ਼ ਮੈਂ, ਉਨਕੀ ਬਹੁਤ ਦਿੱਕਤ ਹੈ। ਅਭੀ ਵੀ ਬੱਚੇ ਵਹੀਂ ਸਟਕ ਹੈ ਔਰ ਉਨਕੋ ਅਭੀ ਹਮਾਰੇ ਮਤਲਬ ਗਵਰਨਮੈਂਟ ਸੇ ਰਿਕੁਐਸਟ ਹੈ ਕਿ ਉਨਕੋ ਪਹਿਲੇ ਨਿਕਾਲਾ ਜਾਏ। ਜੈਸੇ ਹਮ ਅਭੀ ਆਏ ਹੈ ਤੋ ਹਮਾਰੇ ਬਾਰਡਰਸ ਪੇ 12-12 ਘੰਟੇ ਲੱਗ ਰਿਹਾ ਹੈ। ਹਮਾਰੇ ਉਜ਼ਗਰੋਦ ਸੇ ਹੰਗਰੀ ਕਾ ਬਾਰਡਰ ਸਿਰਫ ਆਧੇ ਘੰਟੇ ਕੀ ਦੂਰੀ ਪੇ ਹੈ ਬਾਈ ਰੋਡ, ਬਟ ਫਿਰ ਵੀ ਹਮੇ ਵਹਾਂ ਸੇ ਨਿਕਲਤੇ 12 ਘੰਟੇ ਲੱਗ ਗਏ। ਉਸਕੇ ਬਾਅਦ ਵੀ ਹਮਾਰਾ 3 ਦਿਨ ਕੀ ਜਰਨੀ ਥੀ, ਤੋ ਹਮ ਬਹੁਤ ਮੁਸ਼ਕਿਲ ਸੇ ਨਿਕਲ ਕੇ ਆਏ ਹੈ ਸਰ। ਵਹਾਂ ਪੇ ਬੋਮ ਬਲਾਸਟ ਵਗੈਰਾ ਕਾਫੀ ਸੀਨ ਬਹੁਤ ਗੰਦੇ ਹੋ ਰਹੇ ਹੈ, ਤੋ ਹਮ ਯੇ ਰਿਕੁਐਸਟ ਕਰੇਂਗੇ ਕਿ ਖਾਰਕੀ ਵਾਲੇ ਬੱਚੋਂ ਕੋ ਪਹਿਲੇ ਨਿਕਾਲਾ ਜਾਏ। ਬੇਟਾ ਵਹਾਂ ਪਰ ਖਾਣੇ ਕਾ ਰਹਿਣੇ ਕਾ ਕਿਆ ਕੈਸੇ ਪ੍ਰਬੰਧ ਹੋ ਰਹੇ ਸਰ? ਖਾਣੇ ਕਾ ਮਤਲਬ ਕਹਤੇ ਹੈ, ਗਵਰਨਮੈਂਟ ਬੋਲਤੀ ਹੈ ਕਿ ਹਾਂ ਹਮ ਫੂਡ ਪ੍ਰੋਵਾਈਡ ਕਰ ਰਹੇ, ਬਟ ਐਸਾ ਐਸਾ ਕੋਈ ਸੀਨ ਨਹੀਂ ਹੈ। ਹਮ ਜੈਸੇ ਹੰਗਰੀ ਬਾਰਡਰ ਪੇ ਬੈਠੇ ਥੇ, ਬਾਰਡਰ ਪੇ ਹਮੇ ਕੁਛ ਨਹੀਂ ਮਿਲਾ, ਬਸਿਸ ਵਗੈਰਾ ਮੈਂ ਕੁਛ ਨਹੀਂ ਪ੍ਰੋਵਾਈਡ ਹੁਆ, ਬਟ ਏਅਰਪੋਰਟ ਪੇ ਜਬ ਹਮਾਰਾ ਪਲੇਨ ਫਲਾਈਓਵਰ ਕਰਨੇ ਵਾਲਾ ਥਾ, ਉਸਸੇ ਜਸਟ ਹਾਫ ਐਨ ਆਰ ਪਹਿਲੇ ਜਸਟ ਏਕ ਪਲੇਟ ਛੋਟੀ ਸੀ ਚਾਵਲ ਬੋਇਲਡ ਓਇਲ ਬੋਇਲਡ ਰਾਈਸ ਕੀ ਮਿਲੀ ਥੀ ਔਰ ਕੁਛ ਨਹੀਂ ਮਿਲਾ ਹਮੇ। ਔਰ ਪਲੇਨ ਮੇ ਵੀ ਸਿਰਫ ਹਮੇ ਮਤਲਬ ਏਕ ਆਪ ਲਗਾਓ ਮੈਗੀ ਕਾ ਪੈਕਟ ਥਾ ਔਰ ਏਕ ਬਰਗਰ ਥਾ ਬਸ, ਔਰ ਕੋਈ ਫੂਡ ਐਕਸਟਰਾ ਪ੍ਰੋਵਾਈਡ ਨਹੀਂ ਹੁਆ। ਬਟ ਹਮ ਫਿਰ ਵੀ ਸੈਟਿਸਫਾਈਡ ਹੈ, ਫਿਰ ਵੀ ਹਮ ਗਵਰਨਮੈਂਟ ਕਾ ਥੈਂਕ ਯੂ ਕਰਤੇ ਕਿ ਹਮੇ ਸਭ ਸੇ ਪਹਿਲੇ ਨਿਕਾਲਾ ਗਿਆ। आप भारत सरकार से क्या बेनती करना चाहते हैं, अपील है कि जो फंसे हुए बच्चे हैं उनको निकाले? अभी तक बताओ कि कितने बच्चे वहाँ पर होंगे आपको? सर हम मेरे अप्रोक्सीमेट तो 800-900 बच्चा तो आराम से वहाँ पे अभी भी रिसेंटली फंसा हुआ है। खारकी में मेरे खुद के भैया हैं तो वो मतलब वही अभी तक स्टक है। हम उन मतलब रिक्वेस्ट करेंगे कि सबसे पहले उनको निकाला जाए, क्योंकि जैसे हम उनसे मतलब बातचीत होती रहती है, वो बोलते हैं हम जैसे फ्लैट से निकल रहे हैं सामने से, तो सामने निकलते बॉम्ब ब्लास्ट हो रहे हैं, तो वो सीन बहुत गंदे होते हैं। हमारे बिल्कुल सामने बॉम्ब ब्लास्ट नहीं हुए, बट जिनके सामने हो रहे हैं उनको पूछने वाला है सर क्या दिक्कत होती है उनको। और इंडियन एम्बेसी उनके लिए कुछ कर भी नहीं रहे, उनको बोल रहे कि अपने रिस्क पे बॉर्डर क्रॉस करो आप, तो वो खुद के रिस्क पे कैसे करे सर? खारकी में एक बच्चे की डेथ होगी और उसके पहले आज रिसेंटली अभी 2-3 घंटे पहले विनिथिया के एक बच्चे की डेथ हुई है, विनिथिया के एक बच्चे की डेथ हुई है सर वहाँ पे। तो खाने पीने की उनको बहुत दिक्कत आ रही है। मान वो खाना लेने गए थे भैया, तो खाना लेते टाइम रशियन आर्मी ने उनके अटैक किया सर।